ਅਸਲਾਮ ਅਲੈਕਮ ਜੀ ਦੋਸਤੋ, ਮੈਂ ਬਾਬਰ ਅਮਰਾ ਅਤੇ ਤੁਸੀਂ ਵੇਖ ਰਹੇ ਹੋ ਦੋਸਤਾਨਾ ਪੀਜਨ ਜ਼ਮਰਾ ਯੂਟਿਊਬ ਚੈਨਲ। ਅੱਜ 30 ਅਪ੍ਰੈਲ ਸੰਨ 2024 ਅਤੇ ਕੱਲ੍ਹ ਸੀ 29 ਅਪ੍ਰੈਲ। ਕੱਲ੍ਹ ਕਬੂਤਰ ਉਡਾਏ ਅਤੇ ਤਕਰੀਬਨ 2:30-3 ਵਜੇ ਦੇ ਲਗਭਗ ਬਹੁਤ ਜ਼ਿਆਦਾ ਤੂਫਾਨ ਆਇਆ। ਐਸਾ ਤੂਫਾਨ ਆਇਆ ਕਿ ਕਬੂਤਰੀਆਂ ਮਾਦੀਆਂ ਜਿਹੜੀਆਂ ਨੇ ਬਿਲਕੁਲ ਜਾਲਾਂ ਦੇ ਨਾਲ ਬਹਿੰਦੀਆਂ ਹੀ ਪਈਆਂ। ਇੱਕ ਕਬੂਤਰ ਆ, ਦੋ ਮਾਦੀਆਂ ਹੀ ਆ। ਕਬੂਤਰ ਜਿਹੜਾ ਉਹ ਤੇ ਥੋੜ੍ਹਾ ਨੀਵਾਂ ਹੋ ਕੇ ਜਾਲਾਂ ਦੇ ਦੁਆਲੇ ਦੁਆਲੇ ਫਿਰ ਕੇ ਬਹਿ ਗਿਆ। ਮਾਦੀਆਂ ਨੂੰ ਹਵਾ ਦਾ ਰੁੱਖ ਵੀ ਇੰਜ ਆ, ਮਾਦੀਆਂ ਨੂੰ ਹਵਾ ਨੇ ਬਹਿਣ ਹੀ ਨਹੀਂ ਦਿੱਤਾ, ਇੰਨੀ ਤੇਜ਼ ਹਵਾ ਆਈ ਅਤੇ ਉਹ ਮਾਦੀਆਂ ਦੋ ਜ਼ਾਇਆ ਹੋ ਗਈਆਂ ਨੇ। ਬੜੀਆਂ ਹੀ ਕੀਮਤੀ ਅਤੇ ਅੱਛੀਆਂ ਮਾਦੀਆਂ ਹੀ ਆ। ਇੱਕ 4 ਨੰਬਰ, ਇੱਕ ਜਾਲਦਾਰ ਮਾਦੀ ਸੀ 27 ਨੰਬਰ, ਬਹੁਤ ਹੀ ਕੀਮਤੀ। ਪਿੱਛੇ ਜਿਹੜਾ ਟੂਰਨਾਮੈਂਟ ਵਿੱਚ 87 ਘੰਟੇ 5 ਮਿੰਟ ਬਣਾਏ ਸੀ, ਉਹਦੇ ਵਿੱਚ ਮਾਦੀ 7:10 'ਤੇ ਬੈਠੀ, ਦੂਸਰੀ 7:22 'ਤੇ ਬੈਠੀ ਸੀ। 4 ਨੰਬਰ ਜਿਹੜੀ ਜਾਲਦਾਰ 7:10 'ਤੇ ਬੈਠੀ ਸੀ। ਲੇਕਿਨ ਮਾਸ਼ਾਅੱਲਾ ਕਬੂਤਰ ਹੁਣ ਵੀ ਬਿਹਤਰੀਨ ਨੇ ਅਤੇ ਤਹਿਸੀਲ ਵਿੱਚ ਸਾਡਾ ਦੋ ਘਰਾਂ ਨਾਲ ਸ਼ੌਕ ਵੀ ਹੋ ਰਿਹਾ ਅਤੇ ਇਨਸ਼ਾਅੱਲਾ 4 ਨੂੰ ਕਾਫੀ ਟੂਰਨਾਮੈਂਟ ਵੀ ਹੋਣੇ ਨੇ ਜਿਨ੍ਹਾਂ ਦੇ ਵਿੱਚ ਇੱਕ ਕਬੂਤਰ ਉਡਾਏ ਜਾਣ ਦੇ। ਉਹ ਸਾਰੇ ਕਬੂਤਰ ਵੀ ਮੈਂ ਤੁਹਾਨੂੰ ਦਿਖਾਉਣਾ ਅਤੇ ਜੇ ਕਿਸੇ ਹੋਰ ਭਾਈ ਨੇ ਤਹਿਸੀਲ ਵਿੱਚ ਸ਼ੌਕ ਕਰਨਾ ਆਵੇ ਉਹ ਵੀ ਅਸੀਂ ਖੁਸ਼ੀ ਬਿਲਕੁਲ ਰਿਲੈਕਸ ਹੋ ਕੇ ਅਤੇ ਸ਼ੌਕ ਕਰ ਸਕਦਾ। ਇਹ ਜਿਹੜਾ 5 ਫਿਰਤਾਂ ਦਾ ਅਤੇ ਕੁਝ ਕਬੂਤਰ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਰਹਿ ਗਏ ਨੇ, ਥੋੜ੍ਹੇ ਜਿਹੇ ਕਬੂਤਰ ਰਹਿ ਗਏ ਨੇ। ਤਕਰੀਬਨ ਸਾਰੀਆਂ ਫਿਰਤਾਂ ਜਿਹੜੀਆਂ ਹੋਈਆਂ ਨੇ, 6 ਟੂਰਨਾਮੈਂਟ ਸਿੰਗਲ ਹਿੱਟਾਂ ਉਡਾ ਚੁੱਕੇ ਹਾਂ ਅਸੀਂ। ਉਹਨਾਂ ਦੇ ਵਿੱਚ ਪਹਿਲੇ ਟੂਰਨਾਮੈਂਟ ਵਿੱਚ 5 ਕਬੂਤਰ ਇਨਾਮ ਵੀ ਸਾਡਾ ਲੱਗ ਗਿਆ ਸੀ, ਉਸ ਵਿੱਚ ਕਬੂਤਰ 5 ਪੂਰੇ ਬੈਠੇ ਸੀ। ਚਲੋ ਜੈਸੇ ਵੀ ਉੱਡੇ, ਇਨਾਮ ਇੱਕ ਛੋਟਾ ਮੋਟਾ ਲੱਗ ਗਿਆ। ਅਤੇ ਉਸ ਤੋਂ ਬਾਅਦ ਕਿਸੇ ਟੂਰਨਾਮੈਂਟ ਵਿੱਚ ਵੀ ਕਬੂਤਰ ਹੀ ਪੂਰੇ ਨਹੀਂ ਸੀ ਬੈਠੇ। 4-1 ਵਿੱਚ ਨਹੀਂ ਬੈਠੇ, 2-1 ਵਿੱਚ ਨਹੀਂ ਬੈਠੇ, 1-1 ਦੂਸਰਿਆਂ 3 ਵਿੱਚ ਨਹੀਂ ਬੈਠੇ। ਜਿਹੜਾ ਟੂਰਨਾਮੈਂਟ ਵਿੱਚ ਜ਼ਿਆਦਾ ਘੰਟੇ ਬਣਾਏ ਨੇ ਉਹਦੇ ਵਿੱਚ ਵੀ ਆਖਰੀ ਮਤਲਬ ਇੱਕ ਪਰਿੰਦਾ ਨਹੀਂ ਸੀ ਬੈਠਾ, 7 ਹੀ ਪਰਿੰਦਿਆਂ ਦੇ ਇੰਨੇ ਘੰਟੇ। ਹੁਣ ਮੈਂ ਤੁਹਾਨੂੰ ਕੋਸ਼ਿਸ਼ ਕਰਨਾ ਉਹ ਕਬੂਤਰ ਦਿਖਾਉਣ ਦੀ ਜਿਹੜੇ ਅਸੀਂ 4 ਤਰੀਕ ਨੂੰ ਉਡਾ ਰਹੇ ਹਾਂ। ਬਿਲਕੁਲ ਥੋੜ੍ਹੇ ਜਿਹੇ ਕਬੂਤਰ ਨੇ, ਬਾਕੀ ਕੋਈ ਪੱਠੀਆਂ ਪੱਠੇ ਆ ਜਿਹੜੇ ਉੱਪਰ ਬੈਠੇ ਨੇ, ਇਹ ਤਾਂ ਫਿਲਹਾਲ ਇਰਾਦਾ ਹੀ ਕੋਈ ਨਹੀਂ, ਤਿਆਰ ਹੀ ਨਹੀਂ ਹੈ। ਅਤੇ ਆਓ ਹੁਣ ਕਬੂਤਰ ਵੇਖਦੇ ਹਾਂ ਸਾਰੇ ਹੀ। ਅਤੇ ਇਹ ਦੋਸਤੋ ਪਰਿੰਦੇ ਨੇ, ਇਹ ਸਭ ਤੋਂ ਇੱਧਰ ਇਕੱਲਾ ਜਿਹੜਾ ਬੈਠੇ ਆ ਸੁਪਰ ਸਟਾਰ, ਅੱਗੇ ਛੋਟਾ 50 ਕਿੰਗ 50, ਉਸ ਦੀ ਅੱਗੇ ਕਾਲੀ ਕੜੀ ਵਾਲਾ ਟੈਡੀ ਪੱਠਾ, ਉਸ ਦੀ ਅੱਗੇ ਕਾਜਲ, ਉਸ ਦੀ ਅੱਗੇ ਸੂਈਆਂ ਅੱਖਾਂ ਵਾਲਾ ਯਾਨੀ ਲਾਲ ਅੱਖਾਂ ਵਾਲਾ ਕਬੂਤਰ, ਅੱਗੇ ਫਿਰ 50 ਬਾਜ਼ੀਆਂ ਵਾਲਾ, ਅਤੇ ਜਿਹੜਾ ਪਿੱਛੇ ਗੁੱਟ 'ਤੇ ਬੈਠੇ ਹੈ ਉਹ ਹੈ ਜੀ ਸ਼ਾਗਿਰਦਾਂ ਵਾਲਾ ਕਬੂਤਰ। ਹੁਣ ਇੱਕ ਦਫ਼ਾ ਮਾਦੀਆਂ ਵੇਖਦੇ ਹਾਂ, ਫਿਰ ਕੁਝ ਪੱਠੀਆਂ ਪੱਠੇ ਦਿਖਾਉਣਾ। ਅਤੇ ਇਹ ਜਨਾਬ 3 ਹੀ ਮਾਦੀਆਂ ਨੇ, ਇਹ ਜੋਂ ਸ੍ਰੀ ਮਾਦਾ,
ਪਹਿਲੇ ਟੂਰਨਾਮੈਂਟ ਵਿੱਚ ਇਹਨੂੰ ਡਬਲ ਮੋਰ ਲਵਾਈ ਸੀ, ਉਸ ਦੇ ਪਿੱਛੇ 24 ਨੰਬਰ ਮਾਰਦੀ ਹੈ ਅਤੇ ਇਹ ਪਿੱਛੇ ਵੱਡੀ 17 ਨੰਬਰ। ਮੋਰ ਹਾਲੀ ਤੱਕ ਮਾਰਦੀਆਂ ਵਿੱਚੋਂ ਸਿਰਫ 24 ਨੂੰ ਨਹੀਂ ਲਵਾਈ, ਹੋ ਸਕਦਾ ਇਸ ਟੂਰਨਾਮੈਂਟ ਵਿੱਚ ਇਹਨੂੰ ਪਾ ਲਈਏ, ਆਈਏ ਕੁਝ ਪੱਕਾ ਇਰਾਦਾ ਨਹੀਂ। ਅਤੇ ਬਾਕੀ ਜਨਾਬ ਹੈ ਪਰਿੰਦੇ ਨੇ ਅਲੱਖ ਹੀ ਮਾਰਦਾ, ਇਹਨਾਂ ਨੂੰ ਇਹ ਰੰਗ ਵੀ ਕੋ ਨਹੀਂ ਲਾਇਆ, ਤਿਆਰੀ ਵੀ ਕੋ ਨਹੀਂ, ਇਹ ਰਾਤ ਦੇ ਕੀ ਦਿਨ ਦੇ ਵੀ ਨਹੀਂ ਪੂਰੀ ਤਰ੍ਹਾਂ ਲੱਗੇ। ਇਹ ਉੱਤੇ ਬੈਠੇ ਕੋਈ ਦੋ ਮਾਦੀਆਂ ਉਸ ਜਾਲ 'ਤੇ ਬੈਠੀਆਂ ਨੇ ਅਤੇ ਇਹ ਬੱਚੇ ਨੇ, ਇਹ ਹੁਣੀ ਇਹ ਚੜ੍ਹਾਏ ਨੇ, ਇਹਨਾਂ ਨੂੰ ਬਾਅਦ ਵਿੱਚ ਫੇਰਨਾ। ਕੁਝ ਇਹ ਫੱਟੀ 'ਤੇ ਬਹਿ ਗਏ ਅਤੇ ਕੁਝ ਪੱਠੀਆਂ ਪੱਠੇ ਆਏ ਨੇ, ਬਲਕਿ ਪੱਠੇ ਹੀ ਨੇ ਜ਼ਿਆਦਾ। ਇਹ ਜਿਹੜੇ ਨੇ ਪਿੱਛੇ ਹੀ ਰੱਖੇ ਨੇ, ਕੋਨੀ ਪੂਰੀ ਤਰ੍ਹਾਂ ਲੱਗੇ ਹੀ ਨਹੀਂ ਹੈ, ਇਹਨਾਂ ਵਿੱਚ ਹੀ ਲਾਹੌਰ ਵਾਲੇ ਨੇ। ਮਾਸ਼ਾਅੱਲਾ ਨਿਕਲੇ ਅੱਛੇ ਨੇ, ਬਹਰਹਾਲ ਇਹ ਸੀਜ਼ਨ ਗੁਜ਼ਰ ਰਹਿੰਦਾ ਅਤੇ ਫਿਰ ਇਹਨਾਂ ਨੂੰ ਕੋਈ ਟਰਾਈ ਕਰਨੇ ਆ ਉਡਾਉਣ ਦੀ। ਚੈੱਕ ਕੀਤੇ ਸੀ ਅੱਛੇ, ਐਸਾ ਵਾ ਬਹੁਤ ਅੱਛਾ ਕਬੂਤਰ ਹੈ, ਇੱਕ ਕਾਲਾ ਕਬੂਤਰ ਹੈ ਇਹਦੇ ਹਾਰ ਦਾ, ਬਿਲਕੁਲ ਕਾਲੂ ਨਾਂ ਸੀ ਉਹਦਾ, ਉਹ ਜ਼ਾਇਆ ਹੋ ਗਿਆ ਪਿਛਲੇ ਦਿਨਾਂ ਵਿੱਚ ਤੂਫਾਨ ਵਿੱਚ। ਅਤੇ ਦੋਸਤੋ ਇਹ ਸਕਾਡ ਤੁਹਾਨੂੰ ਦਿਖਾਇਆ ਜਿਹੜਾ ਅਸੀਂ ਇਨਸ਼ਾਅੱਲਾ 4 ਨੂੰ ਉਡਾ ਰਹੇ ਹਾਂ, ਬਾਕੀ ਕੁਝ ਪੱਠੀਆਂ ਪੱਠੇ। ਅਤੇ ਇਹ ਸਾਡਾ ਚੂੰਕਿ ਦੋਸਤਾਂ ਨਾਲ, ਵੀਡੀਓ ਦੇਖਣ ਵਾਲਿਆਂ ਨਾਲ, ਸਬਸਕ੍ਰਾਈਬਰਾਂ ਨਾਲ ਅਸੀਂ ਸਮਝਦੇ ਹਾਂ ਕਿ ਸ਼ੌਕ ਸਾਂਝਾਈਏ, ਇਸ ਵਾਸਤੇ ਜਿਹੜੇ ਵੀ ਕਬੂਤਰ ਤਿਆਰੀ ਵਿੱਚ ਨੇ ਉਹ ਤੁਹਾਨੂੰ ਦਿਖਾਏ ਨੇ। ਇਹ ਛੋਟੀ ਜਿਹੀ ਵੀਡੀਓ ਸੀ, ਫਿਲਹਾਲ ਇਸ ਵੀਡੀਓ 'ਤੇ ਇਜਾਜ਼ਤ, ਖੁਦਾ ਹਾਫਿਜ਼।